ਨਗਰ ਨਿਗਮ ਦੇ ਵਾਰਡ ਨੰਬਰ 25 ਦੇ ਬਚਿੱਤਰ ਨਗਰ ਵਿਖੇ ਕਾਂਗਰਸ ਪਾਰਟੀ ਦੀ ਸੰਭਾਵੀ ਮਜ਼ਬੂਤ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਗਰੇਵਾਲ ਦੇ ਵੱਲੋਂ ਲੋਕ ਭਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਸਵੇਰ ਤੋਂ ਸ਼ਾਮ ਤੱਕ ਕੈਂਪ ਦੇ ਵਿੱਚ ਖੁਦ ਹਾਜ਼ਰ ਰਹਿ ਕੇ ਵੱਖ ਵੱਖ ਲੋਕ ਭਲਾਈ ਸਕੀਮਾਂ ਦੇ ਫਾਰਮ ਭਰੇ ਨੇ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਉਹ ਸਰਕਾਰ ਦੀਆਂ ਸਕੀਮਾਂ ਦੇ ਲਾਭਪਾਤਰੀ ਬਣਾ ਦਿੱਤੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਨਵੀਆਂ ਵੋਟਾਂ ਬਣਾਉਣ ਦੇ ਵੀ ਫਾਰਮ ਭਰੇ ਨੇ। ਇਸ ਮੌਕੇ ਦੇ ਉੱਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਲਕੇ ਦੀ ਅਗਵਾਈ ਕਰ ਰਹੀ ਬੀਬੀ ਸਤਵਿੰਦਰ ਕੌਰ ਬਿੱਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਹੂਲਤਾਂ ਤੋਂ ਵਾਂਝੇ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭਪਾਤਰੀ ਬਣਾਉਣ ਦੇ ਲਈ ਲੋਕ ਭਲਾਈ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਕਿ 400 ਦੇ ਕਰੀਬ ਵੱਖ ਵੱਖ ਯੋਜਨਾਵਾਂ ਦੇ ਫਾਰਮ ਭਰੇ ਗਏ ਨੇ। ਅੱਜ ਬਚਿੱਤਰ ਨਗਰ ਵਿੱਚ ਲੋਕ ਭਲਾਈ ਕੈਂਪ ਲਗਵਾਇਆ ਗਿਆ, ਜਿਸ ਵਿੱਚ ਪੈਨਸ਼ਨ ਸਗਨ ਸਕੀਮ ਹੋ ਗਈ, 200 ਯੂਨਿਟ ਮਾਫ, ਕੱਚੇ ਮਕਾਨ ਤੇ ਬੁਢਾਪਾ ਪੈਨਸ਼ਨ, ਨਵੀਆਂ ਵੋਟਾਂ, ਸਾਰੇ ਹੀ 5 ਮਰਲੇ ਦੇ ਮਕਾਨ, ਸਾਰੇ ਫਾਰਮ ਭਰੇ ਗਏ ਨੇ, ਜਿਨ੍ਹਾਂ ਵਿੱਚ 400 ਦੇ ਕਰੀਬ ਫਾਰਮ ਹੋ ਚੁੱਕੇ ਨੇ। ਤੇ ਮੈਂ ਇਹ ਵੀ ਅਪੀਲ ਕਰਾਂਗੀ ਕਿ ਸਾਰੀ ਅੱਜ ਵੋਟ ਆਪਣੀ ਕਾਂਗਰਸ ਪਾਰਟੀ ਨੂੰ ਹੀ ਪਾਈ ਜਾਵੇ। ਅਸੀਂ ਮਤਲਬ ਗਰੀਬ ਸਭ ਲੋੜਵੰਦਾਂ ਦੀ ਮਦਦ ਕਰਾਂਗੇ ਤੇ ਸਾਰੇ ਕੰਮ ਜੋ ਰੁਕੇ ਪੈਣ ਸਾਰੇ ਕੰਮ ਕਰਵਾਵਾਂਗੇ ਆਪਾਂ, ਕਿਉਂਕਿ ਪਾਰਟੀ ਆਪਣੀ ਕਾਂਗਰਸ ਪਾਰਟੀ ਆ, ਬਿੱਟੀ ਜੀ ਦੀ ਅਗਵਾਈ ਵਿੱਚ ਸਾਰੇ ਕੰਮ ਹੋਣਗੇ ਸਾਰੇ। ਉਹਨਾਂ ਦੇ ਪਤੀ ਇੰਦਰਪਾਲ ਸਿੰਘ ਗਰੇਵਾਲ ਸੀਨੀਅਰ ਮੀਤ ਪ੍ਰਧਾਨ ਦੇਹਾਤੀ ਨੇ ਕਿਹਾ ਕਿ ਅਜਿਹੇ ਹੀ ਲੋਕ ਭਲਾਈ ਦੇ ਕੈਂਪਾਂ ਦਾ ਆਯੋਜਨ ਹੋਰਨਾਂ ਮੁਹੱਲਿਆਂ ਦੇ ਵਿੱਚ ਵੀ ਕੀਤਾ ਜਾਵੇਗਾ। ਉਹਨਾਂ ਨਗਰ ਨਿਗਮ ਚੋਣਾਂ ਦੇ ਵਿੱਚ ਆਪਣੀ ਪਤਨੀ ਦੀ ਜਿੱਤ ਦਾ ਦਾਅਵਾ ਵੀ ਕੀਤਾ। ਅੱਜ ਦਾ ਇਹ ਕੈਂਪ, ਲੋਕ ਭਲਾਈ ਕੈਂਪ, ਜੋ ਕਿ ਬਚਿੱਤਰ ਨਗਰ ਦੇ ਵਿੱਚ ਲਗਾਇਆ ਗਿਆ, ਇਹਦੇ ਵਿੱਚ ਵਿਧਵਾ ਪੈਨਸ਼ਨ, ਬੁਢਾਪਾ ਪੈਨਸ਼ਨ ਅਤੇ ਅੰਗਹੀਣ ਤੋਂ ਇਲਾਵਾ ਜੋ ਵੋਟਾਂ ਦੇ ਫਾਰਮ ਨੇ ਉਹ ਵੀ ਭਰੇ ਗਏ ਨੇ। ਇਹ ਜੋ ਕੈਂਪ ਅੱਜ ਲਗਾਉਣ ਦਾ ਮਕਸਦ ਇਹ ਸੀ ਵੀ ਜੋ ਇਹ ਇਲਾਕਾ ਬਚਿੱਤਰ ਨਗਰ ਦਾ, ਇਹਦੇ ਨਾਲ ਜੱਪਣ ਕਲੋਨੀ, ਕਾਫੀ ਕਲੋਨੀਆਂ ਦੇ ਨਾਲ ਮਿਲਦੀਆਂ, ਜਿਸ ਤਰ੍ਹਾਂ ਮਾਸਟਰ ਕਲੋਨੀ, ਇੱਥੇ ਕੋਈ ਵੀ ਕੰਮ ਜੋ ਪਹਿਲਾਂ ਮੌਜੂਦਾ ਕੌਂਸਲਰਾਂ ਰਹਿ ਵੀ ਚੁੱਕੇ ਨੇ, ਉਸ ਤੋਂ ਪਹਿਲਾਂ ਜੋ ਵੀ ਬਣੇ ਉਹਨਾਂ ਨੇ ਇਸ ਜਗ੍ਹਾ 'ਤੇ ਕੋਈ ਕੰਮ ਨਹੀਂ ਕੀਤਾ। ਅੱਜ ਜਦੋਂ ਤੁਸੀਂ ਆਹ ਦੇਖੋ, ਪਿਆਰ ਜੋ ਅੱਜ ਉਖੜਿਆ ਹੈ, ਇਹ ਸਾਡੇ ਮੈਡਮ ਜਸਪ੍ਰੀਤ ਕੌਰ ਇਹਨਾਂ ਦੇ ਲਈ ਪਿਆਰ ਅਤੇ ਸਾਡੇ ਸਤਿਕਾਰ ਕਰਨ ਲਈ ਅੱਜ ਸਾਰੀ ਜਨਸੰਖਿਆ ਜੋ ਸਾਨੂੰ ਅੱਜ ਭਰਪੂਰ ਸਮਰਥਨ ਮਿਲ ਰਿਹਾ, ਸਾਨੂੰ ਪੂਰੀ ਉਮੀਦ ਕਰਦੇ ਹਾਂ ਕਿ ਅਸੀਂ ਇਹ ਸੀਟ ਜਿੱਤ ਕੇ ਮੈਡਮ ਸੁਰਿੰਦਰ ਕੌਰ ਬਿੱਟੀ ਦੀ ਝੋਲੀ ਪਾਵਾਂਗੇ ਅਤੇ ਜੋ ਵੀ ਵਿਕਾਸ ਦੇ ਕੰਮ ਰੁਕੇ ਹੋਏ ਹਨ ਅਸੀਂ ਪਹਿਲ ਦੇ ਆਧਾਰ 'ਤੇ ਕੰਮ ਕਰਾਂਗੇ ਅਤੇ ਜੋ ਵੀ ਨਿੱਜੀ ਦੇ ਵਿੱਚੋਂ ਵੀ ਪੈਸਾ ਖਰਚ ਕਰਕੇ ਕਿਸੇ ਦੇ ਗਰੀਬ ਦਾ ਕੰਮ ਸਾਰਨਾ ਪਿਆ ਉਹ ਵੀ ਅਸੀਂ ਹਰ ਪਹਿਲ ਦੇ ਆਧਾਰ 'ਤੇ ਕਰਾਂਗੇ। ਸਾਨੂੰ ਸ਼ੌਂਕ ਆ ਕਿ ਅਸੀਂ ਕੋਈ ਵੀ ਕੰਮ ਵਾਰਡ ਦਾ ਅਧੂਰਾ ਨਾ ਰਹਿ ਸਕੇ, ਸਾਡੀ ਅਪੀਲ ਆ ਅਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਬਹੁਤ ਹੀ ਵੱਡੀ ਜਿੱਤ ਨਾਲ ਇਸ ਵਾਰਡ ਨੰਬਰ 25 ਨੂੰ, ਕਿਲੇ ਨੂੰ ਫਤਿਹ ਕਰਾਂਗੇ। ਲੁਧਿਆਣਾ ਤੋਂ ਗੁਰਪ੍ਰੀਤ ਸਿੰਘ ਮਹਿਦੂਦਾਂ ਦੀ ਰਿਪੋਰਟ, ਪਹਿਰੇਦਾਰ ਟੀਵੀ।